ਕੱਲ 29 ਜੂਨ ਸ਼ਾਮ ਨੂੰ ਜਿਹੜੀ ਇੱਕ ਬਹੁਤ ਦੁੱਖ ਵਾਲੀ ਖਬਰ ਮੇਰੇ ਕੋਲ ਪਹੁੰਚੀ ਸੀ ਕਿ ਪਿੰਡ ਨੰਗਲ ਛਾਂਗਾ ਦੇ ਇੱਕ ਨੌਜਵਾਨ ਲੜਕੇ ਨੇ ਵਰਿੰਦਰ ਸਿੰਘ ਉਰਫ ਅਜੇ ਜਿਹਨੇ ਸੁਸਾਈਡ ਕੀਤੀ ਆ। ਮੈਂ ਸਭ ਤੋਂ ਪਹਿਲਾਂ ਤਾਂ ਇਸ ਦੁੱਖ ਦੀ ਘੜੀ 'ਚ ਵਰਿੰਦਰ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਾ ਔਰ ਉਹਨਾਂ ਨੂੰ ਵਿਸ਼ਵਾਸ ਦਵਾਉਂਦਾ ਕਿ ਜੋ ਵੀ ਸਹੀ ਬਣਦੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਬਿਨਾਂ ਕਿਸੇ ਭੇਦਭਾਵ ਦੇ, ਬਿਨਾਂ ਕਿਸੇ ਪ੍ਰੈਸ਼ਰ ਦੇ। ਔਰ ਇਸੇ ਮੌਕੇ 'ਤੇ ਮੈਂ ਨਾਲ ਜਿਹੜੇ ਕੁਛ ਪੋਲੀਟੀਕਲ ਲੋਕ ਇਹਨੂੰ ਇੱਕ ਪੋਲੀਟੀਕਲ ਰੰਗਤ ਦੇਣਾ ਚਾਹੁੰਦੇ ਆ, ਮੈਂ ਉਹਨਾਂ ਨੂੰ ਦੱਸਣਾ ਚਾਹੂੰਗਾ ਕਿ ਇਹ ਨੰਗਲ ਛਾਂਗਾ ਪਿੰਡ ਦੀ ਪੰਚਾਇਤ ਦੀ ਜ਼ਮੀਨ ਦਾ ਮਸਲਾ ਸੀਗਾ, ਰੌਲਾ ਸੀਗਾ। ਵਰਿੰਦਰ ਦੇ ਜਿਹੜੇ ਫਾਦਰ ਨੇ ਨਿਰਮਲ ਸਿੰਘ ਜੀ, ਉਹ ਪਹਿਲਾਂ ਪੰਚਾਇਤ ਦੀ ਜ਼ਮੀਨ ਵਾਹੁੰਦੇ ਸੀਗੇ, ਪਰ ਕਿਉਂਕਿ ਪਿੱਛੇ ਪੰਚਾਇਤ ਦੀ ਬੋਲੀ ਹੋਈ ਸੀ, ਇੱਕ ਨਵੀਂ ਪਾਰਟੀ ਆਪਣੇ ਪ੍ਰਕਾਸ਼ ਰਾਮ ਜੀ ਜਿਹੜੇ ਪਿੰਡ ਦੇ ਰਹਿਣ ਵਾਲੇ ਆ, ਉਹਨਾਂ ਨੇ ਵੱਧ ਪੈਸੇ ਜਮ੍ਹਾਂ ਕਰਾ ਕੇ ਉਹ ਜਿਹੜੀ ਪਿੰਡ ਦੀ ਪੰਚਾਇਤ ਦੀ ਜ਼ਮੀਨ ਆ ਉਹ ਉਹਨਾਂ ਨੇ ਠੇਕੇ 'ਤੇ ਲੈ ਲਈ ਸੀਗੀ, ਔਰ ਜਿਹਦੇ ਕਰਕੇ ਨਿਰਮਲ ਸਿੰਘ ਜੀ ਔਰ ਪ੍ਰਕਾਸ਼ ਰਾਮ ਜੀ ਵਿੱਚ ਲਗਭਗ ਅੱਜ ਤੋਂ 3 ਹਫ਼ਤੇ ਪਹਿਲਾਂ ਆਪਸ 'ਚ ਝਗੜਾ ਵੀ ਹੋਇਆ, ਪਿੰਡ 'ਚ ਹੱਥੋਂ ਪਾਈ ਹੋਈ ਸੀ, ਔਰ ਜਦ ਹੱਥੋਂ ਪਾਈ ਹੋਈ ਆ ਦੋਨੋਂ ਪਾਰਟੀਆਂ ਜਿਹੜੀ ਹੋਸਪਿਟਲ ਵਿੱਚ ਐਡਮਿਟ ਵੀ ਹੋਈ ਸੀ। ਔਰ ਮੈਂ ਦੱਸਣਾ ਚਾਹੁੰਦਾ ਇਸ ਮੌਕੇ 'ਤੇ ਖਾਸ ਤੌਰ 'ਤੇ ਕਿ ਉਸ ਟਾਈਮ 'ਤੇ ਵੀ ਦੋਨੋਂ ਪਾਰਟੀਆਂ 'ਤੇ ਜਿਹੜੀ ਕਾਰਵਾਈ ਕੀਤੀ ਗਈ ਸੀ, ਇਹ ਨਹੀਂ ਸੀ ਕਿ ਇੱਕ ਬੰਦੇ 'ਤੇ ਪਰਚਾ ਹੋ ਗਿਆ ਦੂਜੇ 'ਤੇ ਨਹੀਂ ਹੋਇਆ। ਜਿਵੇਂ ਪਹਿਲਾਂ ਸਹੀ ਢੰਗ ਨਾਲ ਜਿਹੜੀ ਕਾਰਵਾਈ ਕੀਤੀ ਗਈ ਆ, ਜੋ ਮੈਨੂੰ ਪੁਲਿਸ ਤੋਂ ਪਤਾ ਚੱਲਿਆ, ਆਉਣ ਵਾਲੇ ਸਮੇਂ 'ਚ ਵੀ ਬਿਨਾਂ ਕਿਸੇ ਭੇਦਭਾਵ ਦੇ ਸਹੀ ਕਾਰਵਾਈ ਕੀਤੀ ਜਾਊਗੀ। ਔਰ ਮੈਂ ਵਿਸ਼ਵਾਸ ਦਿੰਦਾ ਇੱਕ ਵਾਰੀ ਫਿਰ ਇਸ ਵਰਿੰਦਰ ਦੇ ਪਰਿਵਾਰ ਨੂੰ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਧੱਕਾ ਨਹੀਂ ਹੋਊਗਾ, ਆਪਾਂ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਖੜੇ, ਮੇਰੇ ਘਰ ਦੇ ਦਰਵਾਜ਼ੇ ਉਹਨਾਂ ਲਈ ਹਮੇਸ਼ਾ ਲਈ ਖੁੱਲ੍ਹੇ ਆ। ਆਪਣਾ ਖਿਆਲ ਰੱਖਣਾ।